ਗੁਪਤ ਸੂਚਨਾ ਜਿਹੜੇ ਯਾਰ ਦੋਸਤ ਹੁੰਦੇ ਆ ਉਹਨਾਂ ਤੋਂ ਮਿਲੀ ਸੀ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਭਨਕ ਸੀਗੀ ਔਰ ਉਹਨਾਂ ਨੇ ਅੱਜ ਸਾਨੂੰ ਜਿੱਦਾਂ ਹੀ ਉਹਨਾਂ ਨੇ ਦੇਖਿਆ ਤੇ ਸਾਨੂੰ ਇਹ ਸੂਚਨਾ ਦਿੱਤੀ ਸਰ ਮੌਕੇ ਤੇ ਕਿੰਨੇ ਵਜੇ ਤੁਸੀਂ ਪਹੁੰਚੇ ਸੀ ਅਸੀਂ ਭਾਜੀ 6:30 ਵਜੇ ਮੌਕੇ ਤੇ ਪਹੁੰਚ ਚੁੱਕੇ ਸੀਗੇ ਜੀ ਹਾਂਜੀ ਤੇ ਕੀ ਦੇਖਿਆ ਤੁਸੀਂ ਮੌਕੇ ਤੇ ਅਸੀਂ 6:30 ਵਜੇ ਮੌਕੇ ਤੇ ਪਹੁੰਚੇ ਜੀ ਪਹਿਲਾਂ ਤਾਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਸੀਂ ਅੰਦਰ ਗਏ ਅੰਦਰ ਜਾ ਕੇ ਜਦੋਂ ਦੇਖਿਆ ਪ੍ਰਿੰਸੀਪਲ ਦੀ ਕਾਰ ਉਹਨਾਂ ਦੇ ਦਫ਼ਤਰ ਦੇ ਬਾਹਰ ਹੀ ਖੜੀ ਸੀ ਔਰ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਇੱਥੇ ਕੋਈ ਨਹੀਂ ਹੈ ਉੱਥੇ ਦਾ ਪ੍ਰਿੰਸੀਪਲ ਦੇ ਜਿਹੜੇ ਪੀਅਨ ਹੈ ਉੱਪਰ ਰਹਿੰਦੇ ਆ ਅੰਦਰ ਰਹਿੰਦੇ ਆ ਉਹਨਾਂ ਨੇ ਵੀ ਇਹੀ ਕਿਹਾ ਕਿ ਇੱਥੇ ਕੋਈ ਨਹੀਂ ਆ ਉਹਨਾਂ ਨਾਲ ਸਾਡੀ ਬਹਿਸ ਹੋਈ ਉਸ ਬਹਿਸ ਤੋਂ ਬਾਅਦ ਪੁਲਿਸ ਥਾਣਾ ਸਾਨੂੰ ਇੱਥੇ ਲੈ ਕੇ ਆ ਗਈ ਦੋ ਚਾਰ ਬੰਦਿਆਂ ਨੂੰ ਕਿ ਤੁਸੀਂ ਬੋਲਦੇ ਹੋ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ ਹੋ ਜਦਕਿ ਅਸੀਂ ਕੋਈ ਨਹੀਂ ਕੀਤਾ ਔਰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਉੱਥੇ ਪੁਲਿਸ ਮੌਕੇ ਤੇ ਸੀਗੀ ਕਿ ਅੰਦਰ ਪੱਖੇ ਚੱਲ ਰਹੇ ਨੇ ਇਹਦਾ ਮਤਲਬ ਕਿ ਪ੍ਰਿੰਸੀਪਲ ਅੰਦਰ ਹੀ ਹੈ ਪਰ ਉਹ ਕਹਿੰਦੇ ਵੀ ਪੱਖਾ ਤਾਂ ਕਿਤੇ ਵੀ ਚੱਲਦਾ ਹੋ ਸਕਦਾ ਵਾ ਸਰ ਮੌਕੇ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ ਭਾਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪਰ ਮੈਨੂੰ ਲੱਗਦਾ ਕਿ ਜਦੋਂ ਪ੍ਰਿੰਸੀਪਲ ਨੇ ਆਉਣਾ ਹੋਣਾ ਜਾਂ ਪ੍ਰਿੰਸੀਪਲ ਨੇ ਜਦੋਂ ਬੁਲਾਇਆ ਹੋਣਾ ਉਹਨੇ ਕੈਮਰੇ ਬੰਦ ਕਰਾਤੇ ਹੋਣੇ ਪ੍ਰਿੰਸੀਪਲ ਤੋਂ ਉੱਪਰ ਤੇ ਕੋਈ ਵੀ ਨਹੀਂ ਹੈ ਜੀ ਸਰ ਮੌਕੇ ਦੇ ਵਿੱਚ ਕਿੱਦਾਂ ਜਾ ਕੇ ਫੜਿਆ ਤੁਸੀਂ ਦਰਵਾਜ਼ੇ ਆਪ ਖੋਲੇ ਤੁਸੀਂ ਜੀ 1.5-2 ਘੰਟੇ ਬਾਅਦ ਪ੍ਰਿੰਸੀਪਲ ਦੇ ਆਪਣਾ ਪ੍ਰਸ਼ਾਸਨ ਆਇਆ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਆ ਕੇ ਕਾਰਵਾਈ ਕੀਤੀ ਔਰ SHO ਸਾਹਿਬ ਵੱਡੇ ਉੱਚ ਅਧਿਕਾਰੀ ਆਏ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਆਏ ਔਰ ਬੀਜੇਪੀ ਦੇ ਕਾਰਜਕਰਤਾ ਆਏ ਉਹਨਾਂ ਦੇ ਦਬਾਅ ਵਿੱਚ ਆ ਕੇ ਇਹਨਾਂ ਨੇ ਕਾਰਵਾਈ ਕੀਤੀ ਤੇ ਉਸ ਤੋਂ ਬਾਅਦ ਤੋੜਿਆ ਗਿਆ ਕੌਣ ਸੀ ਬੀਜੇਪੀ ਵੱਲੋਂ ਕੌਣ ਹੈ ਬੀਜੇਪੀ ਵੱਲੋਂ ਜ਼ਿਲ੍ਹਾ ਅਧਿਕਾਰੀ ਪ੍ਰਿੰਸ ਜੀ ਔਰ ਆਪਣਾ ਨਿੱਕੂ ਜੀ ਔਰ ਕਾਫੀ ਕਾਰਜਕਰਤਾ ਜਿਹੜੇ ਸਪੋਰਟਰ ਹੈ ਕਿਉਂਕਿ ਇਹ ਬੀਜੇਪੀ ਕਾਰਜਕਰਤਾ ਹੈ ਜਿਹੜੇ ਆਪਣਾ ਇਹਨਾਂ ਦੇ ਜਿਹਨਾਂ ਦੀ ਭਰਜਾਈ ਫੜੀ ਗਈ ਹੈ ਸਰ ਪਹਿਲਾਂ ਪੁਲਿਸ ਕਹਿ ਰਹੀ ਸੀ ਕਿ ਅੰਦਰ ਕੋਈ ਨਹੀਂ ਹੈਗਾ ਜੀ ਬਿਲਕੁਲ ਤੁਹਾਨੂੰ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਸੀਗਾ ਕਿ ਬਿਲਕੁਲ ਜੀ ਮੈਂ ਆਪ ਇੱਕ ਸਰਕਾਰੀ ਮੁਲਾਜ਼ਮ ਹਾਂ ਮੈਨੂੰ ਲੈ ਕੇ ਇੱਥੇ ਤੱਕ ਆ ਗਈ ਸੀ ਮੈਨੂੰ ਦਬਾਅ ਵੀ ਬਹੁਤ ਪਾਇਆ ਕਿ ਤੂੰ ਉੱਚਾ ਬੋਲਦਾ ਜਿੱਦਾਂ ਕਿ ਮੇਰੀ ਆਵਾਜ਼ ਹਜੇ ਵੀ ਉੱਚੀ ਹੈ ਕਿ ਮੈਨੂੰ ਇਹਨਾਂ ਨੇ ਘੱਟੋ ਘੱਟ ਅੱਧਾ ਘੰਟਾ ਬਿਠਾਇਆ ਫਿਰ ਮੌਕੇ ਤੇ ਕਿੱਦਾਂ ਤੁਸੀਂ ਸਭ ਕੁਝ ਦੇਖਿਆ ਹੈਗਾ ਭਾਜੀ ਮੌਕੇ ਤੇ ਇੱਦਾਂ ਕਿ ਜਦੋਂ ਇੱਥੇ ਦੇ SHO ਐਡੀਸ਼ਨਲ SHO ਜੀ ਆਏ ਨੇ ਉਹ ਮੌਕੇ ਤੇ ਆਏ ਨੇ ਉਹਨਾਂ ਨੇ ਆ ਕੇ ਮੀਡੀਆ ਦੀ ਅਗਵਾਈ ਹੇਠ ਮੀਡੀਆ ਨੂੰ ਸਾਹਮਣੇ ਰੱਖਦੇ ਹੋਏ ਔਰ ਮੀਡੀਆ ਨੇ ਸਾਡਾ ਬਹੁਤ ਸਪੋਰਟ ਕੀਤਾ ਵਾ ਮੀਡੀਆ ਨੇ ਉਹਨੂੰ ਕਵਰ ਕਰਦੇ ਹੋਏ ਤਦ ਜਾ ਕੇ ਤਾਲਾ ਤੋੜਿਆ ਜਿਤਨੀ ਤੋੜੀ ਫਿਰ ਜਾ ਕੇ ਕਾਰਵਾਈ ਹੋਈ ਤੇ ਇਸ ਤਰੀਕੇ ਦੇ ਨਾਲ ਜਦੋਂ ਬਲੈਕਮੇਲ ਕਰਦਾ ਸੀਗਾ ਤੇ ਜੋ ਕੀ ਕਹਿੰਦਾ ਸੀਗਾ ਸਰ ਅਸੀਂ ਬਲੈਕਮੇਲ ਦਾ ਕੋਈ ਨਹੀਂ ਕਹਿੰਦੇ ਕਿ ਬਲੈਕਮੇਲ ਕਰਦਾ ਸੀ ਕੀ ਨਹੀਂ ਕਰਦਾ ਸੀਗਾ ਅਸੀਂ ਤਾਂ ਕਹਿੰਦੇ ਕਿ ਇਹਨਾਂ ਦੀ ਦੋਨਾਂ ਦੀ ਆਪਸ ਵਿੱਚ ਸੀ ਅਸੀਂ ਹੁਣ ਜੋ ਉਹਨਾਂ ਦੇ ਘਰ ਦੇ ਡਿਸੀਜਨ ਹੈ ਨਹੀਂ ਰੱਖਣਾ ਚਾਹੁੰਦੇ ਸਰ ਜੋ ਤੁਸੀਂ ਮੌਕੇ ਤੇ ਪਹੁੰਚੇ ਕੀ ਆਪੱਤੀਜਨਕ ਹਾਲਤ ਨਹੀਂ ਸਰ ਆਪੱਤੀਜਨਕ 2.5 ਘੰਟੇ ਬਹੁਤ ਹੁੰਦੇ ਆ ਜੀ 2.5 ਘੰਟੇ ਜੀ ਤਾਂ ਬੰਦਾ ਦੁਆਰ ਤੋਂ ਨਾ ਧੋ ਕੇ ਤਿਆਰ ਹੋ ਜਾਂਦਾ ਉਹਨਾਂ ਨੇ ਤਾਂ ਆਪਣੇ ਕਰ ਲਿਆ ਸੀ ਜੋ ਕੁਝ ਕਰਨਾ ਹੋਏਗਾ ਸਾਨੂੰ ਤਾਂ ਬੋਲਦੇ ਹੋਏ ਵੀ ਸ਼ਰਮ ਆਉਂਦੀ ਹੈ ਉਹ ਆਪਣੇ ਰੈਡੀ ਸੀਗੇ ਬਸ ਉਹਨਾਂ ਨੂੰ ਇਹ ਸੀਗਾ ਕਿ ਹੁਣ ਸਾਨੂੰ ਸਿਕਿਉਰਿਟੀ ਵਿੱਚ ਬਾਹਰ ਲਿਜਾਇਆ ਜਾਵੇ ਤਾਂ ਕਿ ਕੋਈ ਕੁੱਟਮਾਰ ਨਾ ਹੋਵੇ ਠੀਕ ਹੈ ਸਰ ਘਟਾ ਜਾ ਹਾਂਜੀ ਭਾਜੀ ਭਰਜਾਈ ਪ੍ਰਿੰਸੀਪਲ ਨਰੇਸ਼ ਸ਼ਰਮਾ ਦੇ ਨਾਲ ਇਹਨਾਂ ਦੀ ਭਾਬੀ ਦਾ ਅਫੇਅਰ ਸੀਗਾ ਜੀ ਅੱਜ ਸਾਨੂੰ ਗੁਪਤ ਸੂਚਨਾ ਮਿਲੀ ਕਿ ਉਹ ਸਾਇੰਦਾ ਸਕੂਲ ਦੇ ਅੰਦਰ ਆਫ ਡਿਊਟੀ ਸਕੂਲ ਬੰਦ ਦੇ ਵਿੱਚ ਸਕੂਲ ਦੇ ਅੰਦਰ ਗਏ ਆ ਅਸੀਂ ਦੇਖਣ ਲਈ ਆਏ ਸਾਨੂੰ ਪੁਲਿਸ ਨੇ ਪਹਿਲਾਂ ਕੋਆਪਰੇਟ ਨਹੀਂ ਕੀਤਾ ਸਾਨੂੰ ਪਕੜਿਆ ਸਾਨੂੰ ਧੱਕੇ ਮਾਰੇ ਬਾਹਰ ਕੱਢਦਾ ਸਾਨੂੰ ਬਾਹਰ ਕੱਢਦਾ ਉਲਟਾ ਸਾਨੂੰ 2 ਨੰਬਰ ਥਾਣੇ 'ਚ ਲੈ ਗਏ ਉਸ ਤੋਂ ਬਾਅਦ ਇਹਨਾਂ ਨੇ ਕੋਆਪਰੇਟ ਕੀਤਾ ਥੋੜ੍ਹਾ ਜਿਹਾ ਆਪਾਂ ਫੋਨ ਕਰਾਏ ਬੀਜੇਪੀ ਵਾਲਿਆਂ ਦੇ ਉੱਪਰਲੇ ਬੰਦਿਆਂ ਦੇ ਹੋਰ ਬੰਦਿਆਂ ਦੇ ਅਤੇ ਇਹਨਾਂ ਨੇ ਕੋਆਪਰੇਟ ਕੀਤਾ ਹੁਣ SHO ਸਾਹਿਬ ਆਏ ਸੀਗੇ 2 ਘੰਟੇ ਬਾਅਦ ਜਿੱਥੇ ਕੋਈ ਵੀ ਨਹੀਂ ਹੁੰਦਾ ਉਹ ਸਾਨੂੰ ਅੱਜ ਸ਼ੱਕ ਹੈ ਕਿ ਉਹ ਨਰੇਸ਼ ਸ਼ਰਮਾ ਜੀ ਨੇ ਕਰਵਾਇਆ ਉਹ ਹਮਲਾ ਕਰਵਾਇਆ ਸੀਗਾ ਇਹਨਾਂ ਦੇ ਤੁਹਾਡੇ ਥਰੂ ਇਹ ਆਪਾਂ ਕਹਿਣਾ ਚਾਹੁੰਦੇ ਵੀ ਇਕੱਲੇ ਇੱਕ ਬੰਦਾ ਉਹਨਾਂ ਨੇ ਬਹੁਤ ਜਣੇ ਬਹੁਤ ਲੇਡੀਜ਼ ਬਹੁਤ ਵਿਚਾਰੇ ਕਰਦੀਆਂ ਲੇਡੀਜ਼ ਨੂੰ ਆਪਾਂ CB ਸਾਹਿਬ ਨੂੰ ਕਵਾਂਗੇ ਔਰ ਸਕੂਲ ਐਜੂਕੇਸ਼ਨ ਦੇ ਬੋਰਡ ਨੂੰ ਕਵਾਂਗੇ ਇਸ ਬੰਦੇ ਨੂੰ ਸਸਪੈਂਡ ਕੀਤਾ ਜਾਵੇ ਨੌਕਰੀਓ ਕੱਢਿਆ ਜਾਵੇ ਤੇ ਮੇਰ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਜੇ ਐਕਸੀਡੈਂਟ ਹੋਇਆ ਐਕਸੀਡੈਂਟ ਕਰਵਾਇਆ ਗਿਆ ਉਹਦੇ ਨਾਲ ਪਰੰਗ ਦੇ ਬਾਅਦ 24 ਦਿਨ ਨਾ ਕੋਈ ਸੱਟ ਲੱਗੀ ਨਾ ਕੋਈ ਖੂਨ ਵਗਿਆ ਥੱਲੇ ਰਹਿ ਗਿਆ ਪੂਰਾ ਥੱਲੇ ਰਹਿ ਗਿਆ ਅੱਬਾ ਉਸ ਪਰਿਵਾਰ ਤੋਂ ਉੱਤੇ 10 ਲੱਖ ਖਰਚ ਚੁੱਕੇ ਆ ਕੁੜੀ ਨੂੰ 25,000 ਰੁਪਇਆ ਇੱਕ ਮਹੀਨੇ ਦਾ ਖਰਚਾ ਦਿੱਤਾ ਜਾਂਦਾ ਐਨ ਮਾਰਗ
ਸਾਡੇ ਮੱਲੇ ਦੇ ਕਾਜੀ ਮੱਲੇ ਦੇ ਲੈਂਡਮਾਰਕ ਸ਼ੀਪ ਬਾਕਸ ਫੈਕਟਰੀ ਲੈਂਡਮਾਰਕ ਸੀਗੇ ਸਾਡੇ ਮੱਲੇ ਦੇ ਅਸੀਂ ਹੁਣ ਪੁਲਿਸ ਨੂੰ ਮਾਰ ਦਿੱਤਾ ਗਿਆ ਆਪਾਂ ਚਾਹਨੇ ਆ ਪੁਲਿਸ ਪ੍ਰਸ਼ਾਸਨ ਨੂੰ ਜਾਂਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਛੱਡਿਆ ਨਾ ਜਾਵੇ ਸਾਡੇ ਕੋ ਮੂਵੀ ਸੀ ਡਿਲੀਟ ਕਰ ਦਿੱਤੀ ਗਈ ਮੂਵੀ ਚਲੋ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ